ਹੈਲੋ ਜੀ, ਸਾਹਿਬ ਜੀ ਕੁਛ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹੈ। ਕਿਆ ਕਰਤੀ ਬੇਇੱਜ਼ਤੀ ਮੇਰੀ ਤੁਸੀਂ? ਕਿਆ ਤੁਸੀਂ ਕੱਲ੍ਹ ਕਹਿ ਨਹੀਂ ਰਹੇ ਸੀਗੇ ਕਿਆ ਕਿ ਤੂੰ ਮੈਨੂੰ ਕੀ ਖਵਾਇਆ, ਮੈਨੂੰ ਨੀਂਦ ਆ ਗਈ। ਮੈਨੂੰ ਤੂੰ 3 ਰੋਟੀਆਂ ਮੱਕੀ ਦੀ, ਅੱਜ ਸਭ ਕੁਛ ਕੈਂਸਲ ਕਰਤਾ ਸਾਡੇ ਸਾਹਿਬ ਜੀ ਨੂੰ ਨਸ਼ਾ ਚੜ੍ਹਿਆ ਪਿਆ, ਅਜੇ ਪੀ ਕੇ ਆਇਆ ਦਿਨ ਦਿਹਾੜੇ। ਹਾਂ, ਫਿਰ ਹੁਣ ਆਇਆ ਤੂੰ ਹੁਸ਼? ਤੂੰ ਰੋਟੀਆਂ ਦਾ ਨਸ਼ਾ ਕਵਾਦਾ, ਐਡੀਆਂ ਮੱਕੀ ਦੀਆਂ ਰੋਟੀਆਂ ਨਾਲ ਸਰੋਂ ਦਾ ਸਾਗ ਉੱਤੇ ਕਿਉਂ? ਆਹ ਨਹੀਂ, ਹੁਣ ਹੋਸ਼ ਆ ਗਿਆ? ਪਹਿਲਾਂ ਤਾਂ ਬੇਹੋਸ਼ੀਆਂ ਵਾਂਗੂ ਗੱਲ ਕਰ ਰਹੇ ਸੀ ਤੁਸੀਂ। ਇੰਨੀਆਂ ਭਾਈ ਵੱਡੀਆਂ ਵੱਡੀਆਂ 3 ਰੋਟੀਆਂ ਖਾ ਗਏ, ਮੇਰੇ ਤਾਂ ਇੱਕ ਵੀ ਹਜਮ ਨਹੀਂ ਆਈ ਭਾਈ, ਹਜੇ ਤੱਕ ਵੀ ਆ ਕਾਲਜਾ ਭਰਿਆ ਪਿਆ। ਆ ਡਾਂਸ ਕਰ ਕਰਕੇ ਫਿਰ ਤਾਂ ਹਜਮ ਕਰਕੇ ਆਈ ਮੈਂ। ਖਾਂਦੇ ਪੀਂਦੇ ਆ, ਹਾਂ ਖਾਂਦੇ ਪੀਂਦੇ ਆ, ਮਤਲਬ ਮੈਂ ਕਿਹਾ ਸੀ ਥੋੜ੍ਹੀ ਬਹੁਤੀ ਤਾਰੀਫ ਵੀ ਕਰਦੇ ਕਰੋ ਵਲੋਗ 'ਚ ਸਾਰੇ। ਸਾਗ ਇਤਨੀ ਅੱਛੀ ਸਬਜ਼ੀ, ਪੰਜਾਬੀ ਮੈਂ ਬੋਲੋ ਜਾਨੂ, ਇਤਨਾ ਅੱਛਾ ਸਾਗ ਬਣਾ, ਇੰਨਾ ਅੱਛਾ ਸਾਗ ਬਣਾਇਆ, ਹਾਂ ਹੈ, ਅਤੇ ਉੱਤੋਂ ਮੱਕੀ ਦੀਆਂ ਰੋਟੀਆਂ ਨਾਲ ਮੂਲੀ ਅਤੇ ਨਾਲ ਪਿਆਜ਼, ਮੂਲੀ ਕਿਹੜੀ ਵਾਲੀ? ਲਾਲ ਵਾਲੀ ਮੂਲੀ ਨਾਲੇ ਪਿਆਜ਼ ਔਰ ਹਰੀਆਂ ਮਿਰਚਾਂ ਅਚਾਰ ਵਾਲੀਆਂ, ਤੇ 3 ਰੋਟੀਆਂ ਤਾਂ ਖਾਣੀਆਂ ਹੀ ਐਡੀਆਂ ਐਡੀਆਂ ਭਾਈ, ਭਾਰੀਆਂ ਭਾਰੀਆਂ 3 ਰੋਟੀਆਂ ਖਾ ਗਏ। ਮੈਂ ਤਾਂ ਦੇਖ ਦੇਖ ਨੀਂਦ ਆ ਗਈ, ਮੈਂ ਦੇਖ ਦੇਖ ਕੇ ਹੈਰਾਨ। ਤੇ ਕੱਲ ਛੁਆਰਿਆ ਲਾ ਦੁੱਧ? ਕੱਲ ਵੀ ਪੀ ਗਿਆ ਦੁੱਧ ਪਾ ਕੇ ਛੁਆਰੇ, ਉਹ ਜੋ ਨੀਂਦ ਆਈ ਮੈਨੂੰ ਤਾਂ ਬਸ ਪੁੱਛੋ ਹੀ ਨਾ। ਨਹੀਂ, ਫਿਰ ਕਹਿਣ ਦਾ ਇਹ ਮਤਲਬ ਵੀਡੀਓ ਤਾਂ ਭਾਈ ਸਾਰੇ ਸੁਣਦੇ ਆ, ਤੁਹਾਡੇ ਸਹੁਰੇ ਵੀ ਸੁਣਦੇ, ਦੱਸਿਆ ਕਰੋ ਨਾ ਵੀ ਇੰਨੀ ਇੰਨੀ ਸੇਵਾ ਕਰਦੀ ਹੈ ਮੇਰੀ। ਹਾਂ ਬਹੁਤ ਕਰਦੀ ਹੈ, ਕਹਿ ਕਹਿ ਤੋਂ ਕਰੀ ਨਾ, ਤੁਸੀਂ ਛੱਡੋ ਪਰੇ। ਚਲੋ ਜੀ, ਆਪਾਂ ਵਲੌਗ ਸ਼ੁਰੂ ਕਰਦੇ ਹਾਂ। ਮੇਰੇ ਤਾਂ ਘੰਟੇ ਵੱਜ ਗਈ। ਚਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ। ਜਿਵੇਂ ਤੁਸੀਂ ਦੇਖ ਰਹੇ ਹੋ, ਸਮਝ ਤਾਂ ਗਏ ਹੋਵੋਗੇ ਅੱਜ ਕੀ ਬਣੂਗਾ। ਅਤੇ ਇਹ ਮੈਂ ਤੁਹਾਨੂੰ ਸਾਗ ਕੱਟ ਕੇ ਦਿਖਾਉਂਗੀ ਅੱਜ ਦਾਤ ਨਾਲ, ਬਾਲਟੀ 'ਚ ਪਾਵਾਂਗੇ। ਅਸੀਂ ਰਾਤ ਲੈ ਕੇ ਆਏ ਸੀਗੇ, ਮੰਡੀ ਗਏ ਸੀ ਨਾ, ਮੇਰਾ ਗਲਾ ਖਰਾਬ ਫੇਰ ਹੋ ਗਿਆ, ਹਵਾ ਲੱਗ ਗਈ। ਇਹ ਦੇਖੋ, ਮੈਂ ਇਸ ਤਰ੍ਹਾਂ ਲਿਆ ਕੇ ਨਾ ਕੱਪੜੇ 'ਚ ਬੰਨ੍ਹ ਕੇ ਰੱਖਤਾ ਸੀ। ਹਰਾ ਧਨੀਆ, ਮੇਥੀ, ਸਾਗ, ਪਾਲਕ ਨੀਚੇ ਇਹਦੇ, ਇਹ ਦੇਖੋ। ਬਾਥੂ ਮੈਨੂੰ ਮਿਲਿਆ ਹੀ ਨਹੀਂ ਸੀਗਾ, ਬਾਥੂ ਹੈ ਹੀ ਨਹੀਂ ਸੀਗਾ ਮੰਡੀ 'ਚ। ਇਹਨੂੰ ਆਪਾਂ ਪਹਿਲਾਂ ਰੱਖ ਦਿੰਦੇ ਢੱਕ ਕੇ, ਇਹਨੂੰ ਕੱਟਾਂਗੇ ਬਾਅਦ 'ਚੋਂ, ਪਹਿਲਾਂ ਨਾਸ਼ਤੇ ਦਾ ਕੰਮ ਕਰਾਂਗੇ। ਅੱਜ ਮੈਂ ਥੋੜ੍ਹਾ ਜਿਹਾ ਲੇਟ ਉੱਠੀ ਹਾਂ, ਰਾਤ ਵੀ ਮੇਰੀ ਬਸ ਇਸ ਤਰ੍ਹਾਂ ਹੀ ਹੋ ਗਈ ਸੀ ਤਬੀਅਤ ਇੱਕਦਮ। ਇਹਨੂੰ ਬਾਲਟੀ ਡਰਾਇੰਗ ਰੂਮ 'ਚ ਰੱਖ ਦਿੰਦੇ। ਇਹ ਦੇਖੋ, ਆਲੂ, ਪਿਆਜ਼, ਹੋਰ ਵੀ ਕਾਫੀ ਸਾਰੀਆਂ ਸਬਜ਼ੀਆਂ ਲਿਆਂਦੀਆਂ, ਫਰਿੱਜ ਦੇ ਵਿੱਚ ਲਾ ਦਿੱਤੀਆਂ ਸੀਗੀਆਂ। ਡਰਾਇੰਗ ਰੂਮ ਦੇ ਵਿੱਚ ਹੀ ਕੱਟਾਂਗੇ ਬੈਠ ਕੇ, ਇੱਥੇ ਰੱਖ ਦਿੰਦੇ, ਇਸ ਬਾਲਟੀ 'ਚ ਪਾਵਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮੋਰਨਿੰਗ। ਇਹ ਗੁੱਡ ਮੋਰਨਿੰਗ ਦਾ ਸੀਨ ਹੈ, ਇਸ ਕਰਕੇ ਆਪਾਂ ਗੁੱਡ ਮੋਰਨਿੰਗ ਬੋਲਾਂਗੇ ਤੁਹਾਨੂੰ, ਹੈ ਨਾ। ਅਤੇ ਜਿਸ ਤਰ੍ਹਾਂ ਮੋਰਨਿੰਗ ਦੇ ਵਿੱਚ ਹੀ ਆਪਣਾ, ਹੈ ਨਾ, ਵਲੋਗ ਸ਼ੁਰੂ ਹੋ ਜਾਂਦਾ ਹੈਗਾ, ਅਤੇ ਵਲੋਗ ਦੀ ਜਿਹੜੀ ਸ਼ੁਰੂਆਤ ਹੈ, ਹੈ ਨਾ, ਥੋੜ੍ਹੀ ਬਹੁਤੀ ਅੱਜ ਹਸੀ ਮਜ਼ਾਕ ਨਾਲ ਹੋਈ ਹੈ, ਸਹੀ ਹੈ। ਅਤੇ ਇਸ ਤਰ੍ਹਾਂ ਹੀ ਅਸੀਂ ਹਸੀ ਮਜ਼ਾਕ ਮੈਂ ਔਰ ਮੇਰੇ ਹਸਬੈਂਡ ਕਰਦੇ ਰਹਿੰਦੇ ਹਾਂ। ਕਣਕ ਦੇ ਆਟੇ ਦੇ ਵਿੱਚ ਲੂਣ ਮਿਰਚ, ਹਲਦੀ ਮਸਾਲਾ ਅਤੇ ਦੇਸੀ ਘਿਓ ਪਾ ਕੇ, ਕਸੂਰੀ ਮੇਥੀ ਪਾ ਕੇ, ਅਤੇ ਆਪਾਂ ਆਟਾ ਗੁੰਨਾਂਗੇ, ਉਹਦੇ ਆਪਾਂ ਬਣਾਵਾਂਗੇ ਜੀ ਪਰੌਂਠੇ, ਠੀਕ ਹੈ। ਤੋ ਸੋ ਸੀਜ਼ਨ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਖੂਬ ਸਾਨੂੰ ਖਾਣੀਆਂ ਚਾਹੀਦੀਆਂ, ਹੈ ਨਾ। ਅਤੇ ਨੋਰਮਲ ਆਟੇ ਦੀ ਰੋਟੀ ਤਾਂ ਆਪਾਂ ਗਰਮੀਆਂ ਦੇ ਵਿੱਚ ਖਾਂਦੇ ਹਾਂ, ਠੀਕ ਹੈ। ਆਟਾ ਗੁੰਨਤਾ ਹੋਇਆ ਕਿ ਉਹ ਮੈਂ ਰਾਤ ਕੱਢ ਹੀ ਦਿੱਤਾ ਸੀਗਾ, ਅਤੇ ਕੱਢ ਕੇ ਫਿਰ ਮੈਂ ਰੱਖਤਾ ਸੀ, ਹੁਣ ਮੈਂ ਇਹਨਾਂ ਨੂੰ ਰੋਟੀ ਪੈਕ ਕਰਕੇ ਦੇ ਰਹੀ ਹੈਗੀ ਹਾਂ। ਬਹੁਤ ਸਵਾਦ, ਹੈ ਨਾ, ਸੌਫਟ ਜਿਹੇ ਪਰੌਂਠੇ ਬਣ ਕੇ ਤਿਆਰ ਹੋਏ ਸੀਗੇ, ਸੱਚ ਦੱਸਾਂ। ਜੀ ਤਾਂ ਐਂ ਕਰਦਾ ਸੀ 2-3 ਖਾ ਜਾਂ, ਪਰ ਹਜਮ ਨਹੀਂ ਆਉਂਦੇ, ਹੈ ਨਾ, ਇੰਨੇ। ਅਤੇ
ਲਓ ਜੀ, ਹੁਣ ਆਪਾਂ ਨਾਸ਼ਤੇ ਪਾਣੀ ਦਾ ਕੰਮ ਨਿਬੇੜ ਕੇ, ਭਾਂਡੇ ਹਜੇ ਉਹ ਵੀ ਪਏ ਆ, ਉਹ ਅੱਗੇ ਆਪਾਂ ਗੱਲ ਕਰਾਂਗੇ, ਨਾਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਸਾਹ ਕੱਟਦੇ ਹਾਂ, ਹੈ ਨਾ। ਅਤੇ ਕਿਸੇ ਟਾਈਮ ਨਾ ਜਿਸ ਤਰ੍ਹਾਂ ਵਲੋਗ ਦੇ ਵਿੱਚ ਹਸੀ ਮਜ਼ਾਕ ਖੂਬ ਸਾਰਾ ਚੱਲਦਾ, ਕਹਿੰਦੇ ਨਾ ਮੂਡ ਵੀ ਹੋਣਾ ਚਾਹੀਦਾ, ਹੈ ਨਾ, ਹਸੀ ਮਜ਼ਾਕ ਦਾ। ਔਰ ਕਿਸੇ ਟਾਈਮ ਤਾਂ ਕੈਮਰੇ ਅੱਗੇ ਆਉਣ ਨੂੰ ਜੀ ਵੀ ਨਹੀਂ ਕਰਦਾ, ਕਿਸੇ ਸਾਹਮਣੇ ਇਸ ਤਰ੍ਹਾਂ ਜੀ ਕਰਦਾ, ਹਾਏ ਕੈਮਰੇ ਅੱਗੇ ਖੜ੍ਹੇ ਰਹੋ, ਹੈ ਨਾ। ਅਤੇ ਅੱਜ ਕੁਛ ਇਸ ਤਰ੍ਹਾਂ ਦਾ ਵਲੋਗ ਹੈ, ਅਤੇ ਤੁਸੀਂ ਵਲੋਗ ਪੂਰਾ ਦੇਖਿਆ ਕਰੋ, ਠੀਕ ਹੈ। ਅਤੇ ਲਓ ਜੀ, ਹੁਣ ਆਪਾਂ ਸਾਗ ਦੀ ਕਟਿੰਗ ਕਰੀਏ। ਲਓ ਜੀ, ਸੱਚਿਆ ਪਾਤਸ਼ਾਹ, ਲਓ ਜੀ, ਪਰਮਾਤਮਾ ਦਾ ਨਾਮ ਲੈ ਕੇ ਆਪਾਂ ਕੱਟਦੇ ਹਾਂ ਸਾਗ। ਦਿਖ ਰਿਹਾ ਤੁਹਾਨੂੰ? ਤੁਹਾਨੂੰ ਦਿਖ ਰਿਹਾ ਮੈਂ ਸਾਗ ਕੱਟ ਰਹੀ ਹਾਂ ਦਾਤ ਨਾਲ? ਠਹਿਰ ਇੱਕ ਮਿੰਟ। ਐਕਚੁਲੀ ਨਾ ਮੇਰੇ ਕੋਲ ਪੀੜੀ ਹੈ ਨਹੀਂ, ਤੁਹਾਨੂੰ ਮੈਂ ਦੱਸਾਂ, ਨਹੀਂ ਤਾਂ ਬੰਦਾ ਪੀੜੀ 'ਤੇ ਬੈਠ ਕੇ ਨਾ ਫਿਰ ਬਣਾਵੇ। ਲੈ ਕੇ ਆਉਂਗੇ ਪੀੜੀ ਭਾਈ, ਲਓ ਜੀ। ਹੁਣ ਆਪਾਂ ਹੋਰ ਕਿਤੇ ਕੈਮਰਾ ਸੈੱਟ ਕੀਤਾ, ਪਹਿਲਾਂ ਮੈਨੂੰ ਕਹਿੰਦੇ ਮੈਂ ਕਰਵਾ ਦਿੰਦਾ ਸਾਫ, ਮੈਂ ਰਹਿਣ ਦਿਓ ਤੁਸੀਂ, ਮੈਂ ਤਾਂ ਭਾਈ ਆਪੇ ਕੱਟ ਲੂੰਗੀ, ਜਾਓ ਤੁਸੀਂ। ਹਾਂ ਫਿਰ ਪਤਾ ਕੀ ਹੈ, ਕੀ ਦੱਸਾਂ ਤੁਹਾਨੂੰ ਮੈਂ, ਮੇਰੇ ਹਸਬੈਂਡ ਨਾ ਅੰਤਰੇ ਬਾਹਲੇ ਲੈਂਦੇ ਆ, ਹੈ ਨਾ। ਅਤੇ ਆਹ ਕੀ ਹੈ, ਆਹ ਕੀ ਕੱਟਣ ਲੱਗੀ ਹੈ, ਹੈ ਨਾ, ਉਹ ਕੀ ਹੈ, ਆਹ ਕੀ ਹੈ, ਨਾਲੇ ਆਪਦੇ ਹੱਥੀਂ ਸਾਰਾ ਸਮਾਨ ਲਿਆਉਂਦੇ ਹੈ, ਨਾਲੇ ਉੱਥੇ ਮੈਂ ਸਾਰਾ ਦਿਖਾਉਂਦੀ ਹਾਂ ਇਹਨਾਂ ਨੂੰ ਵੀ ਆਹ ਪਾਲਕ ਹੈ, ਇਹ ਸਾਗ ਹੈ, ਇਹ ਮੇਥੀ ਹੈ, ਹੈ ਨਾ, ਪਤਾ ਨਹੀਂ ਕੀ ਸੀਗਾ, ਹੈ ਨਾ। ਅਤੇ ਫਿਰ ਵੀ ਭਾਈ ਘਰ ਆ ਕੇ ਕਹਿਣਗੇ ਹਾਂ ਕੀ ਹੈ, ਉਹ ਕੀ ਹੈ, ਫਿਰ ਮੈਨੂੰ ਬਸ ਇਸ ਤਰ੍ਹਾਂ ਹੋਣ ਲੱਗ ਜਾਂਦਾ। ਕੋਈ ਨਾ ਟਾਣੀ ਉਹ ਹੋ ਗਈ, ਕੀ ਕਹਿੰਦੇ ਹੈ, ਪੱਕੀ ਜੀ ਆ ਗਈ ਕੋਈ, ਕੱਢ ਦਵਾਂ ਫਿਰ ਨਾ ਦੰਦਾਂ ਜਾਣ ਲੱਗ ਜਾਂਦੀ ਹੈ। ਆਹ ਦੇਖੋ ਕਿੰਨਾ ਸੋਹਣਾ ਸਾਗ ਆਪਣਾ ਕੱਟਿਆ ਗਿਆ। ਮੇਰੀ ਆਦਤ ਪਤਾ ਕੀ ਹੈ, ਮੈਂ ਤਾਂ ਨਾ ਚੁੱਪ ਚਾਪ ਤੁਹਾਨੂੰ ਮੈਂ ਦੱਸਾਂ, ਕੰਮ ਕਰਕੇ ਖੁਸ਼ ਹਾਂ। ਲਓ ਜੀ, ਦੇਖ ਲਓ ਆਪਾਂ ਪਾਲਕ ਕੱਟਣ ਲੱਗੇ ਹਾਂ, ਮੈਂ ਤਾਂ ਨਾਲ ਦੀ ਨਾਲ ਹੀ ਸਾਫ਼ ਕਰਦੀ ਹਾਂ, ਨਾਲ ਦੀ ਨਾਲ ਹੀ ਕੱਟ ਦਿੰਦੀ ਹਾਂ। ਅਤੇ ਕਿੰਨਾ ਹਰਾ ਹਰਾ, ਹੈ ਨਾ, ਕੱਚਾ ਕੱਚਾ ਸਾਗ ਪਿਆ, ਸਾਗ ਤਾਂ ਹਰਾ ਹੀ ਹੋਊਗਾ। ਇੱਕ ਵਾਰੀ ਨਾ ਦਾਤ 'ਤੇ ਪੀਟ ਬਣ ਜਾਏ ਤਾਂ ਠੀਕ ਹੈ। ਤੁਸੀਂ ਦੇਖ ਸਕਦੇ ਹੋ, ਹੈ ਨਾ, ਮੈਨੂੰ ਆਉਂਦਾ ਹੈ ਨਾ ਕੱਟਣਾ, ਆਪੇ ਸਿੱਖੀ ਹਾਂ ਮੈਂ, ਮੈਨੂੰ ਕਿਹੜਾ ਕਿਸੇ ਨੇ ਸਿਖਾਇਆ। ਲਓ ਜੀ, ਸਾਗ ਆਪਾਂ ਕੱਟ ਲਿਆ ਹੋਇਆ, ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ, ਠੀਕ ਹੈ, ਬਾਲਟੀ ਦੇ, ਤੁਹਾਨੂੰ ਮੈਂ ਕਿਹਾ ਸੀ ਨਾ ਮੇਰੇ ਕੋਲ ਬਾਲਟੀ, ਬਸ ਇਹ 'ਚ ਪਾ ਦਾਂਗੇ। ਮੇਰੇ ਹਸਬੈਂਡ ਪਤਾ ਕੀ ਕਹਿੰਦੇ ਹੁੰਦੇ ਬਾਰ ਬਾਰ, ਹੈ ਕੀ ਦੱਸਾਂ ਮੈਂ ਭਾਈ ਆਪਦੇ ਪਤੀ ਦੀ ਗੱਲਾਂ, ਕਹਿੰਦੇ ਹਾਏ ਰੱਬਾ ਸਿੱਟਦੇ ਨੋਟਾਂ ਦਾ ਥੱਬਾ, ਮੈਨੂੰ ਹਾਸਾ ਦਿੱਕਤ ਹੁੰਦਾ। ਮੈਂ ਕਿਹਾ ਸੁੱਖ ਸ਼ਾਂਤੀ ਮੰਗ ਲਓ, ਜਿਹਨਾਂ ਕੋਲ ਸੁੱਖ ਸ਼ਾਂਤੀ ਨਹੀਂ, ਮੈਂ ਸੁੱਖ ਸ਼ਾਂਤੀ ਮੰਗ ਲਓ, ਮੈਨੂੰ ਕਹਿੰਦੇ ਨਹੀਂ, ਪਤਾ ਨਹੀਂ ਕੀ ਕਹਿੰਦੇ ਸੀ, ਹਾਏ ਰੱਬਾ ਸਿੱਟਦੇ ਨੋਟਾਂ ਦਾ ਥੱਬਾ। ਹੁਣ ਮੈਨੂੰ ਗੱਲ ਯਾਦ ਆ ਗਈ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਵਾਂ, ਇਹ ਕਹਿੰਦੇ ਹੁੰਦੇ ਆ ਹਾਏ ਰੱਬਾ ਸਿੱਟਦੇ ਨੋਟਾਂ ਦਾ ਥੱਬਾ, ਇਹ ਕਹਿੰਦੇ ਹੁੰਦੇ ਆ।
ਇਹ ਮੇਥੀ ਸੀਗੀ। ਚਲੋ ਜੀ ਲਓ ਜੀ, ਹੁਣ ਅਸੀਂ ਨਹਾ ਧੋ ਕੇ ਤਿਆਰ ਹੋ ਕੇ ਆ ਗਏ। ਕੋਟੀ ਕੁੱਟੀ ਅੱਜ ਮੈਂ ਕੁਛ ਨਹੀਂ ਪਾਈ ਹੈਗੀ, ਹਜੇ ਨਹੀਂ ਜੀ ਕਰਦਾ, ਅਤੇ ਮੈਂ ਕੀਤੀ ਹੈ ਗੁੱਤ ਤਿਆਰ ਸ਼ਿਆਰ ਹੋ ਕੇ ਨਹੀਂ ਅੱਜ ਮੈਂ ਰਸੋਈ ਦੇ ਵਿੱਚ। ਕਿਤੇ ਨੀ ਦੂਰ ਦੇਖੋ ਕਿਤੇ ਨੀ ਦੂਰ ਹੈ, ਨੇਲ ਪੇਂਟ ਲਗਾਵਾਂਗੇ ਫਿਰ ਕੰਮ ਕਰਾਂਗੇ, ਪਹਿਲਾਂ ਨੇਲ ਪੇਂਟ ਲਗਾਵਾਂਗੇ। ਰੋਜ਼ ਰੋਜ਼ ਉਹੀ ਕੋਟੀਆਂ ਪਾਈ ਜਾਓ, ਉਹੀ ਸਵੈਟਰ ਪਾਈ ਜਾਓ, ਨਹੀਂ ਬੋਰ ਹੋ ਜਾਂਦੀ ਮੈਂ ਤਾਂ। ਹਜੇ ਇੰਨੀ ਠੁੱਠਰ ਵਾਲੀ ਠੰਡ ਨਹੀਂ ਆਈ, ਗੋਲੀ ਖਾ ਲਈ ਆਪਾਂ ਕੈਮ ਹੋ ਗਏ। ਮੱਕੀ ਦਾ ਆਟਾ ਆ ਚੁੱਕਿਆ, ਕੰਮ ਤਾਂ ਸਾਰਾ ਦਿਨ ਹੀ ਨਹੀਂ ਖਤਮ ਹੁੰਦੇ, ਨਹੀਂ ਤਿਆਰ ਵੀ ਨਾ ਹੋਈ ਗਈ। ਤਿਆਰ ਹੋ ਕੇ ਰਸੋਈ ਦੇ ਵਿੱਚ ਆਓ, ਕਦੇ ਕਦੇ ਅੱਛਾ ਲੱਗਦਾ, ਰੋਜ਼ ਰੋਜ਼ ਨਹੀਂ ਅੱਛਾ ਲੱਗਦਾ, ਕਦੇ ਕਦੇ ਸੋਹਣੀ ਲੱਗ ਰਹੀ ਹੈ ਨਾ ਗੁੱਤ, ਦੱਸ ਦਿਓ ਮੈਸੇਜ ਕਰਕੇ, ਠੀਕ ਹੈ ਫਿਰ ਮੈਂ ਵਲੌਗ ਦੇ ਵਿੱਚ ਨਹੀਂ ਬੋਲੂੰਗੀ ਤੁਹਾਡੇ ਸਾਰਿਆਂ ਨਾਲ। ਲੈ ਭਾਈ ਇੱਕ ਹਫ਼ਤੇ ਲਾ ਲਈ ਕਿ ਦੂਜੇ ਹਫ਼ਤੇ ਵੀ ਲਾ ਲਾਂ, ਪੈਰਾਂ 'ਤੇ ਵੀ ਲਾਉਂਗੀ, ਹਜੇ ਨਹੀਂ। ਬਹੁਤ ਸੋਹਣਾ ਕਲਰ ਹੈ, ਥੋੜੀ ਜਿਹੀ ਬਰਫੀ ਖਾਂਦੇ ਨਾ ਆਪੇ ਆਪੇ। ਹੁਣ ਬਣਾਉਂਦੇ ਇੱਕ ਸ਼ੋਰਟ ਵੀਡੀਓ, ਅੱਜ ਮੈਂ ਮੂੰਹ 'ਤੇ ਪਤਾ ਕੀ ਮਿਲਿਆ ਦੱਸਦਾ, ਅੱਜ ਚਮਕ ਹੈ ਨਾ ਮੂੰਹ 'ਤੇ, ਸੱਚ ਦੱਸ ਦਿਓ ਤੁਸੀਂ ਤਾਂ ਦੱਸੂੰਗੀ ਮੈਂ, ਠੀਕ ਹੈ। ਓਏ ਓਏ ਖਰਾਬ ਹੋ ਗਈ, ਨੇਲ ਪੇਂਟ ਲਗਾਉਣ ਦਾ ਸ਼ੌਂਕ ਤਾਂ ਬਹੁਤ ਹੈ ਪਰ ਪਤਾ ਕੀ ਆ, ਲੈ ਜਾਂਦੀ ਕੰਮ 'ਚ। ਅੱਜ ਮੈਂ ਖਾਧਾ ਇੱਕ ਬਨਾਨਾ, ਇੱਕ ਕੇਲਾ ਖਾਇਆ, ਉਸ ਤੋਂ ਬਾਅਦ ਉਹਦੇ ਛਿਲਕੇ ਮੂੰਹ 'ਤੇ ਮਾਰ ਲਏ, ਸਿੱਟਣੇ ਸੀ ਮੇਰੇ ਦਿਮਾਗ 'ਚ ਆ ਗਿਆ, ਮੈਂ ਕਿਹਾ ਯਾਰ ਮਾਰ ਹੀ ਲਓ, ਅਤੇ ਮੂੰਹ ਦੇਖ ਲਓ ਕੁਛ ਵੀ ਨਹੀਂ ਲਾਇਆ, ਮੈਂ ਮਾਰ ਲਿਆ ਕਰੋ ਤੁਸੀਂ ਵੀ, ਠੀਕ ਹੈ। ਚਲੋ ਜੀ ਹੁਣ ਆਪਾਂ ਸਾਗ ਘੁੱਟੀਏ, ਚੈੱਕ ਕਰਦੇ ਹਾਂ ਤਿਆਰ ਸ਼ਿਆਰ ਹੋ ਕੇ। ਕਿਤੇ ਨੀ ਦੂਰ ਦੇਖੋ ਕਿਤੇ ਨੀ ਦੂਰ ਹੈ, ਅੱਜ ਤੁਹਾਡੇ ਸਾਰੇ ਮੈਸੇਜਾਂ ਦਾ ਮੈਂ ਜਵਾਬ ਦੇ ਤਾ, ਜਿਵੇਂ ਮੈਂ 2-3 ਵਲੌਗ ਦੇ ਵਿੱਚ ਦਿੱਤਾ ਨਹੀਂ, ਅਤੇ ਤੁਸੀਂ ਭੇਜ ਦਿਆ ਕਰੋ ਮੈਸੇਜ, ਮੈਂ ਆਰਾਮ ਨਾਲ ਪੜ੍ਹ ਕੇ ਆਰਾਮ ਨਾਲ ਬੈਠ ਕੇ ਅੱਧਾ ਪੌਣਾ ਘੰਟਾ ਫਿਰ ਮੈਂ ਮੈਸੇਜ ਦਾ ਰਿਪਲਾਈ ਦਿੰਦੀ ਹਾਂ, ਇਸ ਤਰ੍ਹਾਂ ਨਹੀਂ ਕਿ ਦਿਲ 'ਤੇ ਟੱਚ ਕਰਤਾ ਨਾ। ਆ ਜਾਓ ਸਾਗ ਘੋਟ ਲਈਏ, ਤਿਆਰ ਹੋ ਗਈ ਸਾਗ ਆਪਣਾ ਤਿਆਰ ਹੈ, ਹੁਣ ਆਪਾਂ ਘੋਟਾ ਮਾਰੀਏ ਘੋਟਾ। ਅੱਜ ਇਹਦੀ ਲੱਤ ਫੇਰ ਦੁਖੀ ਜਾਂਦੀ ਹੈ, ਆ ਜਾਵੇ ਮਾਹੀ ਤੇਰਾ ਰਸਤਾ ਉੜੀ।
ਜਾਵੇ ਮਾਹੀ ਤੇਰਾ ਰਸਤਾ ਮੁੜੀ। ਅੱਜ ਮੇਰਾ ਮੂੰਹ ਚਮਕੀ ਨਹੀਂ ਜਾਂਦਾ? ਚਿਪਕਾ ਕੇ ਕੁਛ ਲਾਇਆ ਹੈ? ਅਰੇ ਕੁਛ ਨਹੀਂ, ਬਸ ਇੱਕ ਕੇਲਾ ਖਾਇਆ, ਉਸ ਤੋਂ ਬਾਅਦ ਉਹ ਛਿਲਕੇ ਖਾ ਲਏ। ਕੇਲਾ ਖਾਇਆ, ਛਿਲਕਾ ਲਾਇਆ ਵੀ? ਛਿਲਕਾ ਲਾਤਾ, ਮੈਂ ਕਹਿ ਰਹੀ ਹਾਂ ਛਿਲਕਾ ਲਾਇਆ ਤੇ ਮੂੰਹ ਦੇਖ ਲਓ। ਆਹ ਲਓ ਬੜੇ ਧੋ ਲਿਓ, ਮੇਰੇ ਨੂੰ ਨੇਲ ਪੇਂਟ ਲੱਗਿਆ ਹੋਇਆ ਹੈ। ਅੱਛਾ ਹਾਂ, ਐਨਾ ਹੀ ਬਹੁਤ ਹੈ। ਮੈਂ ਪਿੱਛੋਂ ਕੱਲੀ ਨੇ ਸਾਗ ਕੱਟ ਲਿਆ, ਬਣਾ ਲਿਆ, ਘਰ ਦਾ ਕੰਮ ਕਰ ਲਿਆ, ਨਹਾ ਧੋ ਲਈ, ਨੇਲ ਪੇਂਟ ਲਾ ਲਿਆ। ਚੱਕੀ ਤੋਂ ਲਿਆ? ਹਾਂ। ਕੀ ਰੇਟ ਦਿੱਤਾ? 50 ਰੁਪਏ ਦਾ। 50 ਰੁਪਏ ਦਾ ਕਿਲੋ? ਮਹਿੰਗਾ ਨਹੀਂ? ਤੁਹਾਡੇ ਵੀਰ ਜੀ ਸਾਗ ਘੋਟੀ ਜਾਂਦੇ ਆ, ਮੈਂ ਤਾਂ ਆਪਣੇ ਹੱਥਾਂ ਤੇ ਦੇਖੋ ਨੇਲ ਪੇਂਟ ਲਗਾਇਆ। ਇਹਦੇ ਉੱਤੇ ਰੱਖਦੇ ਆ, ਨਾਲੇ ਅਲਨ ਨਹੀਂ ਪਾਉਣਾ ਆਪਾਂ ਤੇ ਐਂ ਐਂ ਕੁੱਟਣਾ? ਅਰੇ ਬੜਾ ਬੜਾ ਪਕਾਵਾਂਗੇ ਵੀ ਅਲਨ ਨੂੰ। ਸਮਝਿਆ ਬਾਰੇ? ਨਹੀਂ ਨਹੀਂ, ਹਜੇ ਅੱਜ ਠੰਡ ਘੱਟ ਲੱਗ ਰਹੀ ਹੈ। ਅੱਜ ਘੱਟ ਠੰਡ ਬਹੁਤ ਹੈ ਹੋਰ ਕੰਮ? ਮੈਨੂੰ ਨਹੀਂ ਪਤਾ। ਆਏ ਮਾਰੋ, ਆਏ ਕਿਉਂ ਨਹੀਂ ਆਏ? ਹਾਂ ਤੇ ਆਏ ਤੇ ਆਏ ਕਿ ਇਹ ਕਲੌਕ ਵਾਈਜ਼ ਹੁੰਦਾ ਹੈ, ਐਂਟੀ ਕਲੌਕ ਹੁੰਦਾ ਹੈ। ਛਿੱਟੇ ਨਾ ਮਾਰੋ ਸਾਰੇ ਚੈਨਲਾਂ ਤੇ। ਲਓ ਜੀ, ਸਾਗ ਤਾਂ ਘੋਟਿਆ ਗਿਆ ਹੈ ਨਾ, ਹੁਣ ਆਪਾਂ ਤੜਕਾ ਲਾਵਾਂਗੇ। ਅਤੇ ਵੈਸੇ ਤਾਂ ਮੈਂ ਇਕੱਲੀ ਵੀ ਸਾਗ ਘੋਟ ਲੈਂਦੀ, ਅਤੇ ਪਰ ਕਿਸੇ ਕਿਸੇ ਟਾਈਮ ਨਾ ਇਹਨਾਂ ਦਾ ਘੋਟਣ ਨੂੰ ਸਾਗ ਬਹੁਤ ਹੀ ਕਰਦਾ, ਮੈਨੂੰ ਕਹਿ ਦੇਣਗੇ ਲੈ ਮੈਂ ਘੁਟਾ ਦਾਂ। ਅਤੇ ਕਿਸੇ ਟਾਈਮ ਘਰ ਨਹੀਂ ਹੁੰਦੇ ਤਾਂ ਫਿਰ ਮੈਂ ਇਕੱਲੀ ਘੋਟ ਲੈਂਦੀ ਹਾਂ। ਇਹਨਾਂ ਨੂੰ ਬਹੁਤ ਸ਼ੌਂਕ ਹੈ ਨਾ ਸਾਗ ਘੋਟਣਾ, ਜਾਂ ਫਿਰ ਹੈ ਨਾ ਪਿਆਜ਼ ਭੁੰਨਣਾ, ਮਸਾਲਾ ਤਿਆਰ ਕਰਨਾ। ਸੋ ਉਹ ਚੀਜ਼ਾਂ ਦੀ ਹੈਲਪ ਮੈਂ ਇਹਨਾਂ ਤੋਂ ਲੈ ਲੈਂਦੀ ਹੁੰਦੀ ਹਾਂ। ਅਤੇ ਨਾਲੇ ਤਾਂ ਹੱਸੀ ਮਜ਼ਾਕ ਹੈ ਨਾ ਅਸੀਂ ਆਪਸ ਦੇ ਵਿੱਚ ਕਰ ਲੈਂਦੇ ਹਾਂ, ਨਾਲੇ ਥੋੜ੍ਹਾ ਜਿਹਾ ਨਾ ਇਹਨਾਂ ਨੂੰ ਫੋਨ ਵੱਲੋਂ ਵਿਹਲ ਮਿਲ ਜਾਂਦੀ ਹੈ, ਨਹੀਂ ਤਾਂ ਫੋਨ ਆਉਂਦਾ ਰਹਿੰਦਾ, ਇਹ ਕਰਦੇ ਰਹਿੰਦੇ ਆ ਹੈ ਨਾ। ਲੋ ਜੀ ਰੋਟੀ, ਗੱਲਾਂ ਗੱਲਾਂ ਦੇ ਵਿੱਚ ਆਪਾਂ ਤੜਕਾ ਲਾ ਲਿਆ, ਸਾਗ ਨੂੰ ਤਿਆਰ ਕਰਤੀ ਹੋਈ ਹੈ। ਅਤੇ ਲਾਲ ਵਾਲੀਆਂ ਮੂਲੀਆਂ ਜਿਸ ਤਰ੍ਹਾਂ ਇਹਨਾਂ ਨੇ ਵਲੋਗ ਦੇ ਵਿੱਚ ਹੈ ਨਾ ਦੱਸ ਹੀ ਦਿੱਤਾ ਸੀ ਸਾਰਾ ਕੁਛ, ਬਹੁਤ ਸਵਾਦ ਅੱਜ ਦਾ ਖਾਣਾ ਸੀਗਾ ਹੈ ਨਾ। ਅਤੇ ਖਾਣਾ ਖਾਣ ਤੋਂ ਬਾਅਦ ਫਿਰ ਦੇਖ ਲਓ ਜੀ, ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਨਾ ਵੀਡੀਓ ਬਣਾਈ ਆ ਮੈਂ, ਇਹਨਾਂ ਨੂੰ ਵੀ ਦੇਤੀ ਸੀ, ਮੈਂ ਵੀ ਖਾ ਲਈ ਸੀ। ਅਤੇ ਪੂਰੇ ਮੱਕੀ ਦੇ ਆਟੇ ਦੀਆਂ ਆਪਾਂ ਰੋਟੀਆਂ ਬਣਾਈਆਂ ਸੀ ਥੱਪ ਥੱਪ ਕੇ। ਅਤੇ ਫਿਰ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਬਾਹਰ ਹੈ ਨਾ, ਅਤੇ ਗੱਲ ਕਰਨ ਤੋਂ ਬਾਅਦ ਫਿਰ ਮੇਰਾ ਮੂਡ ਬਣ ਗਿਆ, ਮੈਂ ਕਿਹਾ ਚੱਲ ਸ਼ੋਰਟ ਵੀਡੀਓ ਵੀ ਬਣਾਉਂਦੇ ਹਾਂ ਹੈ ਨਾ। ਅਤੇ ਕਹਿੰਦੇ ਨਾ ਮੂਡ ਅੱਛਾ ਹੋਣਾ ਚਾਹੀਦਾ, ਅੰਦਰੋਂ ਖੁਸ਼ੀ ਹੋਣੀ ਚਾਹੀਦੀ ਹੈ, ਸਾਰੇ ਕੰਮ ਆਪਣੇ ਹੋ ਜਾਂਦੇ ਆ। ਸਹੀ ਕਹਿ ਰਹੀ ਹਾਂ ਨਾ? ਅਤੇ ਹੁਣ ਮੈਂ ਬਸ ਇਹਨਾਂ ਨੂੰ ਦੇ ਰਹੀ ਹਾਂ ਰੋਟੀ, ਅਤੇ ਦੋ ਰੋਟੀਆਂ ਖਾ ਰਹੀਆਂ ਸੀ, ਹੁਣ ਮੈਂ ਤੀਜੀ ਰੋਟੀ ਰਾੜ ਰਹੀ ਸੀਗੀ। ਅਤੇ ਮੈਂ ਕਿਹਾ ਚੱਲ ਇਹ ਮੈਂ ਫਟਾਫਟ ਗਰਮ ਗਰਮ ਖਾ ਲੈਂਦੀ ਹਾਂ। ਮੈਨੂੰ ਕਹਿੰਦੇ ਤਵਾ ਬੰਦ ਕਰਤਾ, ਮੈਂ ਕਿਹਾ ਨਹੀਂ ਨਹੀਂ ਤਵਾ ਨਹੀਂ ਬੰਦ ਕੀਤਾ। ਮੈਨੂੰ ਕਹਿੰਦੇ ਚੱਲ ਇੱਕ ਰੋਟੀ ਹੋਰ ਦੇ ਦੇ। ਫਿਰ ਮੈਂ ਹੁਣ ਇਹਨਾਂ ਵਾਸਤੇ ਲੈ ਕੇ ਜਾ ਰਹੀ ਹਾਂ। ਅਤੇ ਬਸ ਬਹੁਤ ਖੁਸ਼ ਹੋਏ ਅੱਜ ਦਾ ਰੋਟੀ ਖਾ ਕੇ, ਸੱਚ ਦੱਸਾਂ ਬਹੁਤ ਵਧੀਆ ਖਾਣਾ ਸੀਗਾ। ਕਹਿੰਦੇ ਨਾ ਸਰਦੀਆਂ ਦਾ ਮੇਵਾ ਹੁੰਦਾ ਸਾਗ ਮੱਕੀ ਦੀ ਰੋਟੀ, ਸਹੀ ਕਹਿ ਰਹੀ ਹਾਂ ਨਾ, ਬਹੁਤ ਮਜ਼ਾ ਆਉਂਦਾ, ਹੋਰ ਤਾਂ ਸਬਜ਼ੀ ਖਾਣ ਨੂੰ ਆਪਣਾ ਜੀ ਨਹੀਂ ਕਰਦਾ। ਲਓ ਜੀ, ਹੁਣ ਆਪਾਂ ਆ ਚੁੱਕੇ ਹਾਂ, 3 ਵਜੇ ਦਾ ਟਾਈਮ ਹੋ ਚੁੱਕਿਆ, ਬਾਹਰ ਆ ਚੁੱਕੀ ਹਾਂ ਮੈਂ।
ਅਤੇ ਅੱਜ ਮੈਂ ਬਾਹਰੋਂ ਕੋਈ ਵੀ ਕੰਮ ਨਹੀਂ ਕੀਤਾ ਹੈਗਾ। ਪਤਾ ਕਿ ਅੰਦਰਲਾ ਸਾਗ ਦਾ ਕੰਮ ਬਹੁਤ ਹੋ ਗਿਆ ਸੀਗਾ ਅਤੇ ਸਵੇਰ ਤੋਂ ਲੱਗੀ ਸੀ, ਹੈ ਨਾ। ਅਤੇ ਫਿਰ ਨਾਸ਼ਤੇ ਦਾ ਵੀ ਕੰਮ ਹੋ ਜਾਂਦਾ, ਅੰਦਰਲਾ ਵੀ ਕੰਮ ਹੋ ਜਾਂਦਾ ਹੈਗਾ, ਅਤੇ ਭਾਂਡਿਆਂ ਦਾ ਵੀ ਹੋ ਜਾਂਦਾ, ਆਟਾ ਵੀ ਗੁੰਨਣਾ, ਤੜਕਾ ਵੀ ਲਾਉਣਾ, ਸੋ ਬਹੁਤ ਸਾਰਾ ਕੰਮ ਹੋ ਜਾਂਦਾ। ਘੰਟਾ ਡੇਢ ਘੰਟਾ ਤਾਂ ਮੈਨੂੰ ਸਾਗ ਨੂੰ ਸਾਫ਼ ਕਰਨ 'ਤੇ ਹੀ ਲੱਗ ਗਿਆ ਸੀਗਾ। ਅਤੇ ਸਾਗ ਜਿਸ ਤਰ੍ਹਾਂ ਆਪਾਂ ਦਿਨ ਵੇਲੇ ਲਿਆਉਂਦੇ ਹਾਂ ਸਾਗ ਬਹੁਤ ਵਧੀਆ ਨਿਕਲਦਾ, ਹੈ ਨਾ, ਅਤੇ ਜਿਸ ਟਾਈਮ ਆਪਾਂ ਸ਼ਾਮ ਨੂੰ ਜਾਂ ਰਾਤ ਨੂੰ ਲਿਆਉਂਦੇ ਨਾ ਸਾਗ, ਹੁਣ ਇਹ ਤਾਂ ਇਸ ਤਰ੍ਹਾਂ ਨਾ ਕਿ ਆਫਿਸ ਤੋਂ ਆਉਂਦੇ ਉਸ ਟਾਈਮ ਵੀ ਮੈਨੂੰ ਫਿਰ ਜਾਣਾ ਪੈਂਦਾ ਕੋਈ ਵੀ ਸਮਾਨ ਲੈਣਾ, ਅਤੇ ਚਾਹੇ ਘਰ ਬੈਠੇ ਹੋਣ ਫਿਰ ਵੀ ਅਸੀਂ ਜਾ ਨਹੀਂ ਸਕਦੇ ਹੈਗੇ। ਇਹਨਾਂ ਦੀ ਡਿਊਟੀ ਇਸ ਤਰ੍ਹਾਂ ਦੀ, ਅਗਰ ਰਸਤੇ 'ਚ ਫੋਨ ਆ ਗਿਆ ਸਾਨੂੰ ਰਸਤੇ 'ਚ ਹੀ ਮੁੜਨਾ ਪੈਣਾ, ਇੱਕ ਦੋ ਵਾਰ ਇਸ ਤਰ੍ਹਾਂ ਹੋ ਗਿਆ ਸੀ, ਇਸ ਕਰਕੇ ਫਿਰ ਅਸੀਂ ਜਾਂਦੇ ਹੀ ਨਹੀਂ ਹੈਗੇ ਹੁਣ। ਜਦੋਂ ਛੁੱਟੀ ਹੁੰਦੀ ਹੈ ਜਾਂ ਜਦੋਂ ਛੁੱਟੀ ਕਰਕੇ ਆ ਜਾਂਦੇ ਆ ਫਿਰ ਅਸੀਂ ਜਾਂਦੇ ਹੈਗੇ ਹਾਂ। ਅਤੇ ਹੁਣ ਬਸ ਮੈਂ ਸਾਰਾ ਸਮਾਨ ਚੱਕੂੰਗੀ ਬਾਹਰੋਂ, ਕੱਪੜੇ ਕੱਲ੍ਹ ਦੇ ਉਵੇਂ ਪਏ ਆ, ਤੁਸੀਂ ਦੇਖ ਸਕਦੇ ਹੋ, ਹੈ ਨਾ, ਅਤੇ ਇਹ ਮੈਂ ਕੱਪੜੇ ਉਵੇਂ ਜਿਵੇਂ ਤੁਹਾਨੂੰ ਕੱਲ੍ਹ ਦਿਖਾਏ ਸੀ ਉਵੇਂ ਪਏ ਆ, ਟਾਈਮ ਹੀ ਨਹੀਂ ਲੱਗਿਆ। ਹੁਣ ਬਸ ਕੱਪੜੇ ਵੈਸੇ ਸੁੱਕੇ ਪਏ ਹੋਣਗੇ, ਨਾ ਵੀ ਸੁੱਕੇ, ਹਲਕੀ ਹਲਕੀ ਹਜੇ ਧੁੱਪ ਹੈਗੀ ਹੈ ਕਿਉਂਕਿ 3 ਵਜੇ ਹੈ, ਘੰਟਾ ਕੁ ਪਾ ਦੂੰਗੀ ਸੁੱਕ ਜਾਣਗੇ। ਬਾਕੀ ਤੌਲੀਏ ਤੁਲੀਏ ਜਿਹੜੇ ਨਹਾਉਣ ਤੋਂ ਬਾਅਦ ਆਪਾਂ ਪਾਉਂਦੇ ਹਾਂ ਉਹ ਆਪਾਂ ਅੰਦਰ ਰੱਖ ਦਾਂਗੇ, ਹੈ ਨਾ। ਅਤੇ ਬਸ ਹੋ ਗਿਆ ਕੰਮ ਸ਼ਾਮ ਦਾ, ਹੈ ਨਾ। ਹੁਣ ਸਵਾ ਕੁ ਤਿੰਨ ਵੱਜ ਗਏ ਮੈਨੂੰ ਲੱਗਦਾ, ਹਾਂ ਸਵਾ ਕੁ ਤਿੰਨ ਵੱਜ ਵੀ ਗਏ ਆ। ਭਾਂਡੇ ਮੈਂ ਰਸੋਈ ਦੇ ਵਿੱਚ ਸਾਰੇ ਇਕੱਠੇ ਕਰੇ ਹੀ, ਦੇਖ ਲਓ, ਹੈ ਨਾ, ਅਤੇ ਭਾਂਡੇ ਇਕੱਠੇ ਕਰਕੇ ਅਤੇ ਸਾਗ ਵਗੈਰਾ ਕੱਢਿਆ ਹੀ। ਬਾਕੀ ਜਿਹੜੀਆਂ ਇੱਕ ਦੋ ਮੱਕੀ ਦੀਆਂ ਰੋਟੀਆਂ ਪਈਆਂ ਸੀ ਉਹ, ਮਤਲਬ ਆਟਾ ਪਿਆ ਸੀ ਮੈਂ ਬਣਾ ਕੇ ਰੱਖੇ ਹੀ, ਹੈ ਨਾ, ਅਤੇ ਆਟਾ ਤਾਂ ਪੂਰਾ ਗੁੰਨਿਆ ਨਹੀਂ ਜਾਂਦਾ ਕਦੇ ਵੀ, ਉਹ ਬਣਾ ਕੇ ਟਿਫਨ 'ਚ ਸ਼ਾਮ ਨੂੰ ਅਸੀਂ ਗਰਮ ਕਰਕੇ ਖਾ ਲਾਂਗੇ, ਹੈ ਨਾ। ਅਤੇ ਅਗਰ ਕੋਈ ਦਾਲ ਸਬਜ਼ੀ ਬਣਾਉਣੀ ਹੋਈ ਬਣਾ ਲਾਂਗੇ, ਵੈਸੇ ਤਾਂ ਸਾਗ ਪਿਆ, ਅਗਰ ਸਾਗ ਨਹੀਂ ਖਾਣਗੇ ਕੁਛ ਬਣਾ ਲਾਂਗੇ। ਬਸ ਇੰਨਾ ਕੀ ਕੰਮ ਸੀ, ਸ਼ਾਮ ਦਾ ਘੱਟ ਜਾਂਦਾ, ਪਰ ਕਈ ਵਾਰ ਨਾ ਸ਼ਾਮ ਨੂੰ ਬੰਦਾ ਬਹੁਤ ਥੱਕ ਜਾਂਦਾ, ਹੈ ਨਾ, ਜੀ ਨਹੀਂ ਕਰਦਾ ਹੈਗਾ ਰੋਟੀ ਬਣਾਉਣ ਨੂੰ। ਅਤੇ ਸਾਗ ਬਹੁਤ ਸਵਾਦ ਬਣਿਆ ਸੀਗਾ, ਅੱਜ ਕੱਲ੍ਹ ਸਾਗ ਦਾ ਸੀਜ਼ਨ ਹੈ, ਹੈ ਨਾ, ਸਾਗ ਖਾਓ, ਮੱਕੀ ਦੀ ਰੋਟੀ ਖਾਓ। ਅਤੇ ਹੁਣ ਬਸ ਮੈਂ ਇਹ ਸਮਾਨ ਸਮੂਨ ਜਿਵੇਂ ਤੁਹਾਨੂੰ ਦੱਸਿਆ ਚੱਕੂੰਗੀ, ਹੈ ਨਾ। ਸੂਟ ਮੈਨੂੰ ਜ਼ਰੂਰ ਦੱਸਿਓ, ਠੀਕ ਹੈ, ਅੱਛਾ ਲੱਗ ਰਿਹਾ, ਮੇਰੀ ਗੁੱਤ ਦੱਸਿਓ ਜ਼ਰੂਰ ਅੱਛੀ ਲੱਗ ਰਹੀ ਹੈ। ਅਤੇ ਇਹ ਦੇਖੋ ਨਾ, ਵਾਲ ਉੱਪਰ ਨੀਚੇ ਹੋ ਜਾਂਦੇ ਆ ਨਾ, ਇਹ ਇਸ ਤਰ੍ਹਾਂ ਥੋੜ੍ਹਾ ਜਿਹਾ ਨਾ। ਵੈਸੇ ਮੈਂ ਕਾਫੀ ਸੋਚ ਸਮਝ ਕੇ ਪਾਏ ਸੀਗੇ, ਮਤਲਬ ਸੋਚ ਵਿਚਾਰ ਕੇ ਕਿ ਉੱਚੇ ਨੀਵੇਂ ਨਾ ਹੋਣ, ਫਿਰ ਵੀ ਹੋ ਜਾਂਦੇ ਆ, ਹੁਣ ਠੀਕ ਹੋ ਗਏ ਨਾ। ਵੈਸੇ ਹਿੱਲ ਜਾਂਦੀ ਹੈ ਨਾ ਗੁੱਤ ਇੱਦਾਂ ਇੱਦਾਂ ਕਰਕੇ, ਇੰਨੀ ਸ਼ਕੀਨੀ ਨਹੀਂ, ਹਜੇ ਬਸ ਸ਼ੌਂਕ ਹੈ, ਬਸ ਟਾਈਮ ਨਹੀਂ ਲੱਗਦਾ ਨਾ ਇੰਨੀ ਕਰਨੀ ਆਉਂਦੀ ਹੈ, ਜਿੰਨੀ ਕੁ ਕਰਨੀ ਆਉਂਦੀ ਹੈ ਸ਼ਕੀਨੀ ਲਗਾ ਲੈਂਦੇ ਹਾਂ, ਹੈ ਨਾ। ਅਤੇ ਜ਼ਿਆਦਾ ਫੈਸ਼ਨ ਕੀ ਕਰਨੇ ਕਰਕੇ ਸਿੰਪਲ ਜਿਹਾ ਮੰਨ ਕੇ ਰਹੋ। ਮੈਨੂੰ ਤਾਂ ਸਿੰਪਲ ਸੂਟ ਜੇ ਵਧੀਆ ਲੱਗਦੇ, ਹੈ ਨਾ, ਜਿਵੇਂ ਪਲਾਜੋ ਸੂਟ ਪਾ ਲਓ, ਸਲਵਾਰ ਸੂਟ ਪਾ ਲਓ, ਜਾਂ ਫਿਰ ਪਜਾਮੀ ਸੂਟ ਪਾ ਲਓ, ਹੈ ਨਾ, ਅਤੇ ਸ਼ਰਾਰੇ ਸੂਟ ਪਾ ਲਓ। ਜ਼ਿਆਦਾ ਦੇਰ ਨਾ, ਪਤਾ ਕੀ, ਆਪਾਂ ਸਾੜੀਆਂ ਵਗੈਰਾ ਵੀ ਗਰਮੀਆਂ ਦੇ ਵਿੱਚ ਬੰਨ ਲੈਂਦੇ ਹਾਂ, ਹੈ ਨਾ, ਅਤੇ ਜ਼ਿਆਦਾ ਦੇਰ ਨਹੀਂ, ਮਤਲਬ ਘੁੰਮੇ, ਬੰਨ ਲਓ ਤਾਂ ਬੰਨ ਲਓ, ਅਗਰ ਬੰਨ ਕੇ ਮਤਲਬ ਸੋਚੀ ਆਪਾਂ, ਹੈ ਨਾ, ਜਿਸ ਤਰ੍ਹਾਂ ਘੁੰਮਣਾ ਫਿਰਨਾ ਜ਼ਿਆਦਾ ਔਖਾ ਹੋ ਜਾਂਦਾ, ਸੋ ਕੱਪੜੇ ਹਰੇਕ ਤਰ੍ਹਾਂ ਦੇ ਸਾਨੂੰ ਪਾਉਣੇ ਚਾਹੀਦੇ, ਕਹਿਣ ਦਾ ਹੀ ਮਤਲਬ ਹੈ। ਅਤੇ ਜਿਸ 'ਚ ਆਸਾਨੀ ਲੱਗੇ ਉਹੀ ਮਤਲਬ ਕੱਪੜੇ ਪਾਉਣੇ ਚਾਹੀਦੇ ਆਪਾਂ ਨੂੰ, ਹੈ ਨਾ। ਅਤੇ ਹੁਣ ਅਸੀਂ ਵਲੌਗ ਪਾਉਣ ਤੋਂ ਬਾਅਦ ਘੁੰਮਣ ਚਲੇ ਜਾਂਦੇ ਹਾਂ, ਹੈ ਨਾ, ਅਸੀਂ ਘਰ ਥੋੜ੍ਹੀ ਪੈਂਦੇ, ਅਸੀਂ ਤੁਹਾਡੇ ਸਾਰਿਆਂ ਦੇ ਸ਼ਹਿਰਾਂ ਦੇ ਵਿੱਚ ਆਉਂਦੇ ਹਾਂ, ਹੈ ਨਾ, ਤੁਹਾਡੇ ਸ਼ਹਿਰਾਂ ਦੇ ਵਿੱਚ ਅਸੀਂ ਘੁੰਮ ਜਾਂਦੇ ਹਾਂ, ਜਿਸ ਤਰ੍ਹਾਂ ਮੈਸੇਜ ਆਇਆ ਸੀ ਜੈਪੁਰ ਤੋਂ, ਬਠਿੰਡੇ ਤੋਂ, ਹੈ ਨਾ, ਅਤੇ ਜਲੰਧਰ ਤੋਂ, ਹੋਰ ਮਤਲਬ ਸ਼ਹਿਰਾਂ ਦੇ ਨਾਮ ਕਈ ਵਾਰ ਮੈਂ ਭੁੱਲ ਜਾਂਦੀ ਹਾਂ, ਹੈ ਨਾ, ਪਰ ਅਸੀਂ ਸਾਰੇ ਸ਼ਹਿਰਾਂ 'ਚ ਘੁੰਮ ਆਉਂਦੇ ਹਾਂ, ਹੈ ਨਾ।
ਅਤੇ ਓਕੇ ਜੀ, ਬਾਏ ਬਾਏ। ਇਸ ਵਲੋਗ ਦਾ ਆਪਾਂ ਡੈਥ ਹੀ ਕਰਦੇ ਹਾਂ ਫਿਰ ਹੁਣ, ਅਤੇ ਅਗਰ ਕੋਈ ਵੀਡੀਓ ਅੱਗੇ ਦੀ ਸ਼ੇਅਰ ਕਰਾਂਗੇ ਤਾਂ ਕਰ ਦਾਂਗੇ। ਵੈਸੇ ਸਮਾਨ ਲੈ ਕੇ ਆਉਣਾ ਸੀਗਾ ਹੈ ਨਾ, ਰਾਸ਼ਨ ਵਗੈਰਾ ਜਿਵੇਂ ਤੁਹਾਨੂੰ ਦੱਸਿਆ ਸੀਗਾ, ਮੈਂ ਹੁਣ ਕਹਿ ਰਹੀ ਸੀ ਇਹਨਾਂ ਨੂੰ, ਮੈਂ ਕਿਹਾ ਅਗਰ ਟਾਈਮ ਹੈ ਤਾਂ ਆਪਾਂ ਲੈ ਆਉਂਦੇ ਹਾਂ। ਮੈਨੂੰ ਕਹਿੰਦੇ ਮੇਰਾ ਫੋਨ ਆ ਜਾਊਗਾ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜਾਂ ਸ਼ਾਮ ਨੂੰ ਦੇਖਾਂਗੇ ਹੈ ਨਾ, ਅਗਰ ਜਲਦੀ ਆ ਗਏ ਨਹੀਂ ਤਾਂ ਫਿਰ ਕੱਲ੍ਹ ਨੂੰ ਲਿਆਵਾਂਗੇ। ਠੀਕ ਹੈ, ਓਕੇ ਜੀ, ਬਾਏ ਬਾਏ। ਹੁਣ ਮੈਂ ਸਮਾਨ ਚੱਕ ਲਾਂ ਅਤੇ ਆਪਾਂ ਕੱਲ੍ਹ ਨੂੰ ਮਿਲਾਂਗੇ ਫਿਰ। ਠੀਕ ਹੈ, ਤੁਹਾਡੇ ਨਾਲ ਇਹ ਦੇਖਿਓ ਮੇਰਾ ਯੈਲੋ ਸੂਟ ਧੋਤਾ ਪਿਆ, ਯੈਲੋ ਹੀ ਅੱਜ, ਇਹ ਯੈਲੋ ਹੋਰ, ਇਹ ਯੈਲੋ ਹੋਰ, ਇਹ ਜ਼ਿਆਦਾ ਅੱਛਾ ਲੱਗਦਾ ਮੈਨੂੰ ਯੈਲੋ। ਯੈਲੋ ਵੀ ਕਈ ਕਲਰ ਹੁੰਦੇ ਆ, ਹੈ ਨਾ। ਚਲੋ ਜੀ, ਸਮਾਨ ਚੱਕੀਏ ਹੁਣ, ਕੀ ਕਰਨਾ, ਫਿਰ ਲੇਟ ਜਾਵਾਂਗੇ ਅੱਧਾ ਘੰਟਾ, ਫਿਰ ਮੈਂ ਵਲੋਗ ਪਾਊਂਗੀ, ਹੈ ਨਾ। ਘੰਟਾ ਡੇਢ ਘੰਟਾ ਮੈਨੂੰ ਵਲੋਗ ਪਾਉਂਦੀ ਨੂੰ ਵੀ ਲੱਗ ਜਾਂਦਾ ਹੈਗਾ। ਅਤੇ ਚਲੋ ਜੀ, ਚੱਕੀਏ ਸਮਾਨ। ਚੁੰਨੀ ਨੂੰ ਨਾ ਭਾਈ ਸਾਗ ਲੱਗ ਗਿਆ ਸੀ, ਫਿਰ ਮੈਂ ਧੋ ਕੇ ਬਾਹਰ ਪੱਕ ਗਈ, ਹੁਣ ਸੁੱਕ ਗਈ। ਅੱਜ ਗਰਮੀ ਹੈ, ਮਤਲਬ ਗਰਮੀ ਨਹੀਂ, ਮੌਸਮ ਠੀਕ ਹੈ ਅੱਜ ਚੰਡੀਗੜ੍ਹ, ਇੰਨਾ ਮਤਲਬ ਉਹ ਨਹੀਂ ਹੈਗਾ ਮੌਸਮ ਜਿਵੇਂ ਆਪਾਂ ਕਹੀਏ ਠੰਡਾ ਨਾ। ਚਲੋ ਜੀ, ਹੁਣ ਚੁੰਨੀ ਲਾਈਏ, ਚੁੰਨੀ ਲਾਈਏ ਤਾਂ ਕੰਮ ਕਰੀਏ ਆਪਣਾ। ਅੱਜ ਫੁੱਲ ਮਸਤੀ ਵਲੋਗ ਜਿਹੜਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ, ਅਤੇ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਬਾਅਦ ਸਾਡੀ ਦੁੱਗਣੀ ਹੋਰ ਵੀ ਖੁਸ਼ੀ ਵੱਧ ਗਈ, ਹੈ ਨਾ, ਸਾਡੇ ਮਨ ਦੀ। ਅਤੇ ਕਿਸੇ ਟਾਈਮ ਇਸ ਤਰ੍ਹਾਂ ਸੋਚਦੇ ਸੀ, ਹੈ ਨਾ, ਅਸੀਂ ਬੈਠੇ ਰਹਿੰਦੇ ਸੀਗੇ ਜਿਸ ਤਰ੍ਹਾਂ, ਅਤੇ ਟੈਨਸ਼ਨ ਦੇ ਵਿੱਚ, ਜਿਵੇਂ ਮੈਂ ਦੱਸਦੀ ਹੁੰਦੀ ਹਾਂ, ਬਹੁਤ ਸਾਰੀਆਂ ਟੈਨਸ਼ਨਾਂ ਸੀਗੀਆਂ, ਹੈ ਨਾ, ਅਤੇ ਟੈਨਸ਼ਨਾਂ ਹੌਲੀ ਹੌਲੀ ਬਾਏ ਬਾਏ ਕਹਿ ਰਹੀਆਂ। ਸੋ ਕਹਿੰਦੇ ਨਾ, ਟਾਈਮ ਇੱਕੋ ਜਿਹਾ ਨਹੀਂ ਰਹਿੰਦਾ, ਟਾਈਮ ਹਮੇਸ਼ਾ ਬਦਲਦਾ ਹੈ ਨਾ, ਕਿਸੇ ਟਾਈਮ ਕਿਵੇਂ, ਕਿਸੇ ਟਾਈਮ ਕਿਵੇਂ ਨਹੀਂ। ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਮਿਲਾਂਗੇ ਫਿਰ। ਠੀਕ ਹੈ, ਖਾਲਸੇ ਖਾਵਾਂਗੇ। ਉਨੀ ਦੇਰ ਵਾਸਤੇ ਮੈਂ ਜਾ ਰਹੀ ਹਾਂ, ਤੁਸੀਂ ਵੀਡੀਓ ਦੇਖੋ। ਠੀਕ ਹੈ, ਹਾਲੇ ਬੈਠੋ ਅੰਦਰ।